ਹੈਲੋ ਜੀ, ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਮੂਲੀਆਂ ਦੀ ਭੁਰਜੀ ਦੀ ਰੈਸਪੀ ਲੈ ਕੇ ਆਈ ਹਾਂ, ਅਤੇ ਆਓ ਅਸੀਂ ਫਿਰ ਇਹਨੂੰ ਬਣਾਈਏ। ਸਭ ਤੋਂ ਪਹਿਲਾਂ ਅਸੀਂ ਕੜਾਹੀ ਦੇ ਵਿੱਚ ਪਾਵਾਂਗੇ ਤੇਲ। ਤੇਲ ਅਸੀਂ ਲਿਆ ਹੈ ਸਰੋਂ ਦਾ। ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦੇਵਾਂਗੇ। ਜਦੋਂ ਤੇਲ ਗਰਮ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਅਤੇ ਅੱਧਾ ਚਮਚ ਹੀ ਅਜਵਾਇਣ। ਜਦੋਂ ਇਹ ਭੁੱਜ ਹੋ ਜਾਣਗੇ ਫਿਰ ਅਸੀਂ ਪਿਆਜ਼ ਪਾ ਦੇਵਾਂਗੇ। ਇੱਕ ਅਸੀਂ ਪਿਆਜ਼ ਲਿਆ ਹੈ, ਇਹਨੂੰ ਅਸੀਂ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਵਾਂਗੇ। ਪਿਆਜ਼ ਨੂੰ ਅਸੀਂ ਪੂਰੀ ਤਰ੍ਹਾਂ ਭੁੰਨ ਕੇ ਲਾਲ ਨਹੀਂ ਕਰਾਂਗੇ, ਪਿਆਜ਼ ਨੂੰ ਅਸੀਂ ਹਲਕਾ ਜਿਹਾ ਹੀ ਪਕਾਵਾਂਗੇ। ਪਿਆਜ਼ ਅਸੀਂ ਥੋੜ੍ਹਾ ਕੱਚਾ ਕੱਚਾ ਰੱਖਾਂਗੇ। ਪਿਆਜ਼ ਨੂੰ ਸਾਡਾ ਥੋੜ੍ਹਾ ਜਿਹਾ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਅਤੇ ਹਰੀਆਂ ਮਿਰਚਾਂ। ਅਦਰਕ ਅਸੀਂ ਇੱਕ ਚਮਚ ਦੇ ਕਰੀਬ ਚੋਪ ਕੀਤਾ ਹੋਇਆ ਲੈਣਾ ਹੈ, ਅਤੇ 3 ਅਸੀਂ ਹਰੀਆਂ ਮਿਰਚਾਂ ਲਈਆਂ ਹੈ, ਇਹਨਾਂ ਨੂੰ ਅਸੀਂ ਇਸ ਤਰ੍ਹਾਂ ਬਰੀਕ ਬਰੀਕ ਕੱਟ ਲਵਾਂਗੇ। ਅਦਰਕ ਅਤੇ ਹਰੀਆਂ ਮਿਰਚਾਂ ਨੂੰ ਵੀ ਪਿਆਜ਼ਾਂ ਦੇ ਨਾਲ ਹੀ ਅਸੀਂ ਭੁੰਨ ਲਵਾਂਗੇ। ਜਦੋਂ ਅਦਰਕ ਅਤੇ ਹਰੀਆਂ ਮਿਰਚਾਂ ਭੁੱਜ ਹੋ ਜਾਣਗੀਆਂ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਮੂਲੀਆਂ ਦੇ ਪੱਤੇ ਅਤੇ ਥੋੜ੍ਹੀ ਜਿਹੀ ਆਪਾਂ ਹਰੀ ਮੇਥੀ ਪਾਵਾਂਗੇ। ਥੋੜ੍ਹੀ ਜਿਹੀ ਆਪਾਂ ਹਰੀ ਮੇਥੀ ਬਰੀਕ ਬਰੀਕ ਕੱਟ ਲਈ ਹੈ, ਅਤੇ ਮੂਲੀਆਂ ਦੇ ਪੱਤੇ। ਮੂਲੀਆਂ ਦੇ ਪੱਤੇ ਅਸੀਂ ਵੀ ਜਿਹੜੇ ਮੂਲੀਆਂ ਦੇ ਪੱਤਿਆਂ ਦੇ ਵਿੱਚ ਛੋਟੇ ਛੋਟੇ ਕੂਲੇ ਕੂਲੇ ਪੱਤੇ ਹੁੰਦੇ ਨੇ, ਅਸੀਂ ਉਹ ਵਾਲੇ ਪੱਤੇ ਲਏ ਨੇ। ਕੂਲੇ ਕੂਲੇ ਪੱਤੇ ਜਿਹੜੇ ਹੋਣਗੇ ਉਹ ਅਸੀਂ ਕੱਟ ਕੇ ਪਾ ਲਵਾਂਗੇ, ਵੱਡੇ ਵੱਡੇ ਰਹਿਣ ਦੇਵਾਂਗੇ, ਅਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਹੁਣ ਸੁੱਕੇ ਮਸਾਲੇ। ਜਦੋਂ ਸਾਡੇ ਆ ਮੂਲੀਆਂ ਦੇ ਪੱਤੇ ਭੁੱਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਅਨੁਸਾਰ ਸੁੱਕੇ ਮਸਾਲੇ ਪਾ ਦੇਵਾਂਗੇ। ਆਪਣੇ ਸਵਾਦ ਦੇ ਅਨੁਸਾਰ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ 1/4 ਚਮਚ ਨਮਕ ਦਾ ਪਾ ਦੇਵਾਂਗੇ। 1/4 ਚਮਚ ਹੀ ਅਸੀਂ ਇਹਦੇ ਵਿੱਚ ਹਲਦੀ ਪਾਊਡਰ ਪਾਵਾਂਗੇ। 1/2 ਚਮਚ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਗਰਮ ਮਸਾਲਾ, ਕਿਉਂਕਿ ਅਸੀਂ ਜੀਰਾ ਪਾਊਡਰ ਵੀ ਪਾਇਆ ਹੈ। 1/2 ਚਮਚ ਤੋਂ ਘੱਟ ਅਸੀਂ ਪਾਵਾਂਗੇ ਲਾਲ ਮਿਰਚ ਦਾ ਪਾਊਡਰ, ਅਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੜਕਾ ਜਿਹੜਾ ਸਾਡਾ ਇੱਧਰ ਭੁੱਜ ਹੋ ਚੁੱਕਾ ਹੈ ਚੰਗੀ ਤਰ੍ਹਾਂ, ਅਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮੂਲੀਆਂ। ਮੂਲੀਆਂ ਅਸੀਂ 1 ਕਿਲੋ ਦੇ ਕਰੀਬ ਲਈਆ ਹੈ। ਮੂਲੀਆਂ ਨੂੰ ਅਸੀਂ ਪਹਿਲਾਂ ਤੋਂ ਕੱਦੂਕਸ ਕਰਕੇ ਰੱਖ ਲਿਆ ਹੈ। ਮੂਲੀਆਂ ਨੂੰ ਅਸੀਂ ਜਦੋਂ ਪਾਉਣਾ ਹੈ ਇਹਨਾਂ ਨੂੰ ਅਸੀਂ ਪਹਿਲਾਂ ਹੱਥਾਂ ਦੇ ਨਾਲ ਨਿਚੋੜ ਲਵਾਂਗੇ। ਹਲਕਾ ਹਲਕਾ ਜਿਹੜਾ ਪਾਣੀ ਹੈ ਆਪਾਂ ਬਿਲਕੁਲ ਘੁੱਟ ਕੇ ਨਹੀਂ ਨਿਚੋੜਾਂਗੇ, ਥੋੜ੍ਹਾ ਹਲਕੇ ਹਲਕੇ ਹੱਥਾਂ ਦੇ ਨਾਲ ਨਿਚੋੜਾਂਗੇ, ਅਤੇ ਜਿਹੜਾ ਪਾਣੀ ਹੈ ਉਹ ਅਸੀਂ ਇਹਦੇ ਵਿੱਚ ਨਹੀਂ ਪਾਉਣਾ ਹੈ ਮੂਲੀਆਂ ਦਾ। ਮੂਲੀਆਂ ਨਿਚੋੜ ਕੇ ਅਸੀਂ ਸਾਰੀਆਂ ਕੜਾਹੀ ਦੇ ਵਿੱਚ ਪਾ ਲਿਆ ਹੈ, ਅਤੇ ਹੁਣ ਅਸੀਂ ਕੜਛੀ ਮਾਰ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜਿਹੜੀ ਇਹ ਮੂਲੀਆਂ ਦੀ ਭੁਰਜੀ ਹੈ ਬਣਾਉਣੀ ਤਾਂ ਹਰੇਕ ਨੂੰ ਆਉਂਦੀ ਹੁੰਦੀ ਹੈ, ਪਰ ਹਰੇਕ ਬੰਦੇ ਦਾ ਅਲੱਗ ਅਲੱਗ ਤਰੀਕਾ ਹੁੰਦਾ ਹੈ। ਸਿਰਫ ਮੈਂ ਤੁਹਾਡੇ ਨਾਲ ਜਿੱਦਾਂ ਅਸੀਂ ਬਣਾਉਂਦੇ ਹਾਂ ਆਪਣੇ ਘਰ ਦੇ ਵਿੱਚ, ਮੈਂ ਤੁਹਾਨੂੰ ਆਪਣਾ ਤਰੀਕਾ ਸ਼ੇਅਰ ਕਰ ਰਹੀ ਹੈ। ਤੁਸੀਂ ਵੀ ਕਹਿੰਦੇ ਹੋਣਗੇ ਕਿ ਮੂਲੀਆਂ ਦੀ ਭੁਰਜੀ ਦੀ ਰੈਸਪੀ ਲੈ ਕੇ ਆਈ ਹੈ, ਕਿ ਆਪਣੇ ਤਰੀਕੇ ਦੇ ਨਾਲ ਜਿਹੜਾ ਸਾਡਾ ਸਿੰਪਲ ਜਿਹਾ ਤਰੀਕਾ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕੀਤਾ ਹੈ। ਜਿਹੜੀ ਇਹ ਸਬਜ਼ੀ ਹੈਗੀ ਹੈ ਇਹਨੂੰ ਅਸੀਂ ਢੱਕ ਕੇ ਬਿਲਕੁਲ ਨਹੀਂ ਬਣਾਉਣਾ। ਢੱਕਣ ਦੇ ਨਾਲ ਜਿਹੜੀਆਂ ਮੂਲੀਆਂ ਹੈਗੀਆਂ ਇਹ ਪਾਣੀ ਛੱਡ ਦੇਣਗੀਆਂ। ਇਹ ਜਿਹੜੀ ਸਬਜ਼ੀ ਨੂੰ ਅਸੀਂ ਇਸੇ ਤਰ੍ਹਾਂ ਬਿਨਾਂ ਢੱਕਣ ਦੇ ਬਣਾਵਾਂਗੇ, ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਣ ਕੇ ਅਸੀਂ ਕੜਛੀ ਮਾਰਦੇ ਰਹਾਂਗੇ। ਅਤੇ ਜਿਹੜੀ ਗੈਸ ਹੈ ਇਹਨੂੰ ਬਿਲਕੁਲ ਅਸੀਂ ਘੱਟ ਸੇਕ 'ਤੇ ਰੱਖਣਾ ਹੈ, ਮੱਠੇ ਸੇਕ ਦੇ ਉੱਤੇ ਅਸੀਂ ਮੂਲੀਆਂ ਪਕਾਉਣੀਆਂ ਹੈ। ਥੋੜ੍ਹੀ ਹੀ ਦੇਰ ਦੇ ਵਿੱਚ ਦੇਖਿਓ ਜਿਹੜੀਆਂ ਮੂਲੀਆਂ ਹੈਗੀਆਂ ਸੋਫਟ ਹੋਣੀਆਂ ਸ਼ੁਰੂ ਹੋ ਜਾਣੀਆਂ ਹੈ, ਅਤੇ ਜਿਹੜੀ ਇਹ ਭੁਰਜੀ ਹੈਗੀ ਹੈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ। ਲੋ ਜੀ, ਜਿਹੜੀਆਂ ਸਾਡੀਆਂ ਮੂਲੀਆਂ ਹੈਗੀਆਂ ਇੱਧਰੋਂ ਚੰਗੀ ਤਰ੍ਹਾਂ ਸੌਫਟ ਹੋ ਚੁੱਕੀਆਂ ਨੇ, ਪੱਕ ਗਈਆਂ ਨੇ, ਅਤੇ ਹੁਣ ਅਸੀਂ ਇਹਦੇ ਵਿੱਚ ਜ਼ਿਆਦਾ ਸਾਰਾ ਹਰਾ ਧਨੀਆ ਪਾਵਾਂਗੇ। ਸਬਜ਼ੀ ਬਣ ਕੇ ਤਿਆਰ ਹੈ, ਅਤੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ 'ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਜਿਹੜੀ ਰੈਸਪੀ ਹੈ ਕਿਸ ਤਰ੍ਹਾਂ ਦੀ ਲੱਗੀ ਹੈ। ਮਿਲਦੇ ਹਾਂ ਫਿਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ।